ਆਪਣੇ ਭਰਾ ਨੂੰ ਰੱਖੜੀ ਬੰਨ ਕੇ ਵਾਪਸ ਜਾ ਰਹੀ ਭੈਣ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਗੱਡੀ ਨੇ ਉਸਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਦੌਰਾਨ ਸਕੂਟੀ ਦੇ ਪਰਖੱਚੇ ਉੱਡ ਗਏ ਅਤੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਲੋਕਾਂ ਨੇ ਮੌਕੇ ਤੇ ਗੱਡੀ ਚਾਲਕ ਨੂੰ ਫੜ ਲਿਆ। ਇਹ ਦਰਦਨਾਕ ਹਾਦਸਾ ਜਲੰਧਰ ਨਕੋਦਰ ਰੋਡ ਤੇ ਵਾਪਰਿਆ ਜਦੋਂ ਐਕਟਿਵਾ ਤੇ ਆਪਣੇ ਘਰ ਵਾਪਸ ਜਾ ਰਹੀ ਮਹਿਲਾ ਨੂੰ ਪਿੱਛੇ ਤੋਂ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਮਹਿਲਾ ਦੀ ਉਮਰ ਕਰੀਬ 50 ਸਾਲ ਦੀ ਦੱਸੀ ਜਾ ਰਹੀ ਹੈ ਤੇ ਮਹਿਲਾ ਦਾ ਨਾਮ ਕੁਲਵਿੰਦਰ ਕੌਰ ਹੈ। ਮੌਕੇ ਤੇ ਪੁਲਿਸ ਅਤੇ ਪਰਿਵਾਰਕ ਮੈਂਬਰ ਪਹੁੰਚੇ ਤੇ ਡੈਡ ਬਾਡੀ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ। ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਰਿਸ਼ਤੇ ਦੇ ਵਿੱਚ ਮ੍ਰਿਤਕ ਔਰਤ ਉਸਦੀ ਮਾਮੀ ਹੈ ਜੋ ਰੱਖੜੀ ਬੰਨ ਕੇ ਵਾਪਸ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਜਾਂਦਾ ਹੈ ਅਤੇ ਕਿਸੇ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮਹਿਲਾ ਐਕਟਿਵਾ ਤੇ ਆ ਰਹੀ ਸੀ ਅਤੇ ਇੱਕ ਕੱਟ ਤੋਂ ਮੁੜਨ ਲੱਗੀ ਸੀ। ਪਿੱਛੇ ਤੋਂ ਗੱਡੀ ਆ ਰਹੀ ਸੀ ਜਿਸ ਨੇ ਜਲੰਧਰ ਜਾਣਾ ਸੀ ਅਤੇ ਇਸ ਗੱਡੀ ਦੀ ਐਕਟਿਵਾ ਦੇ ਵਿਚਕਾਰ ਟੱਕਰ ਹੋ ਜਾਂਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਹੈ। ਮਹਿਲਾ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਇਸ ਹਾਦਸੇ ਤੋਂ ਬਾਅਦ ਪਰਿਵਾਰ ਚ ਸੋਗ ਦੀ ਲਹਿਰ ਛਾ ਗਈ ਹੈ। ਇਹ ਮੇਰੇ ਮਾਮੀ ਜੀ ਸੀਗੇ, ਇੱਥੇ ਲਾਗੇ ਪਿੰਡ ਦਾ ਮੁੱਦਾ ਪੈਂਦਾ, ਰੱਖਣੀਆਂ ਬੰਨਣ ਆਏ ਸੀਗੇ ਤੇ ਸਾਨੂੰ ਫੋਨ ਆਇਆ ਸੀਗਾ ਕਿ ਡੈਥ ਹੋ ਗਈ, ਉਹਨਾਂ ਦੀ ਸੱਟ ਲੱਗੀ ਆ, ਅਸੀਂ ਨਾਲ ਹੀ ਇੱਥੇ ਪਹੁੰਚ ਗਏ ਰਾਤ ਦਾ। ਕਿੰਨੀ ਕੁ ਉਮਰ ਸੀਗੀ ਇਹਨਾਂ ਦੀ? ਇਹਨਾਂ ਦੀ 50-55 ਸਾਲ। ਕਿੱਥੇ ਦੇ ਰਹਿਣ ਵਾਲੇ ਆ? ਇਹ ਕੋਟਲੀ ਕੰਪੋਜ ਪਿੰਡ ਆ ਲੂਹੀਆਂ ਲਾਗੇ। ਇਹ ਜੀ ਇੱਕ ਲੇਡੀ ਸੀ, ਐਕਟਿਵਾ ਤੇ ਆ ਰਹੀ ਸੀ, ਉਹਨਾਂ ਨੇ ਜਾਣਾ ਸੀ ਵਾਪਸ ਇੱਥੋਂ ਕੱਟ ਹੈ ਕਿ ਕੱਟ ਤੋਂ ਮੁੜ ਕੇ ਆਉਣ ਸੀ ਪਿੱਛੇ ਪਿੱਛੋਂ ਇੱਕ ਗੱਡੀ ਆ ਰਹੀ ਸੀ, ਉਹਨਾਂ ਨੇ ਜਲੰਧਰ ਜਾਣਾ ਸੀ, ਉਹਦੇ ਵਿੱਚ ਆਪਸੀ ਐਕਸੀਡੈਂਟ ਹੋ ਗਿਆ ਇਹਨਾਂ ਦਾ। ਲੇਡੀਜ਼ ਜਿਹੜੀ ਆ ਮੌਕੇ 'ਤੇ ਡੈਥ ਹੋ ਗਈ ਹੈ, ਹੁਣ ਸਿਵਲ ਹੋਸਪਿਟਲ ਪਹੁੰਚਾ ਦਿੱਤਾ ਸੀ।